ਅਲਤਾ ਦੇਖੋ ਵੀ ਇੱਧਰੋਂ ਬਲਿੰਕ ਕਰਦੀ ਹੈ ਹਨਾ ਇਹ ਵੀ ਸੋਹਣੀ ਲੱਗਦੀ ਆ 81 AK47 ਹੁਣ ਤੁਸੀਂ ਦੱਸੋ ਵੀ ਮੈਨੂੰ ਚਲਦੀ ਵਧੀਆ ਲੱਗਦੀ ਆ ਉਹਦੀ ਲਾਈਟ ਮੈਨੂੰ ਤੇਜ ਲੱਗਦੀ ਆ ਇਹਦੇ ਨਾਲ ਗਨ ਟਾਈਪ ਹੈਂਡਲ ਗਨ ਟਾਈਪ ਹੈ ਮੈਨੂੰ ਗਨ ਟਾਈਪ ਹੈਂਡਲ ਕਹਿੰਦੇ ਆ ਕੈਂਡ ਲੱਗਦੀ ਆ ਨਾ ਆ ਦੇਖੋ ਜਿਹੜੀਆਂ ਮੱਚਦੀਆਂ ਇੱਕ ਆ ਮੋਡ ਆ ਗਿਆ ਹਾਂਜੀ ਗਾਇਜ਼ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਹੁਣ ਮੈਂ ਟੋਣ ਲੱਗਿਆ ਤੂਰੀ ਬੀਟੀ ਬੜੀ ਵਧੀਆ ਪੈ ਚੱਲ ਰਹੀ ਆ ਆਵਾਜ਼ ਬਹੁਤ ਸੋਹਣੀ ਲੱਗਦੀ ਆ ਦਿਖਾਵੇਂ ਤੁਹਾਨੂੰ ਮੈਂ ਬਹੁਤ ਸੋਹਣੀ ਲੱਗਦੀ ਆ ਮੈਨੂੰ ਤਾਂ ਚਲਾਉਣ ਨੂੰ ਇਹ ਬਹੁਤ ਜੀ ਕਰਦਾ ਆ ਆਵਾਜ਼ ਇੰਨੀ ਸੋਹਣੀ ਲੱਗਦੀ ਆ ਪਰ ਸਲੋ ਰੇਸ ਤੇ ਜਦੋਂ ਆਪਾਂ ਜਿਆਦਾ ਭਜਾਉਨੇ ਆ ਨਾ ਫੇਰ ਨਹੀਂ ਪਤਾ ਲੱਗਦਾ ਗਾਇਜ਼ ਹਲੇ ਆਪਣੀ ਤੂੜੀ ਕਾਸ ਹੀ ਰਹਿੰਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਕਰਦੇ ਆਂ ਵਲੌਗ ਸਟਾਰਟ ਤੇ ਅੱਜ ਦਿਖਾਉਣੇ ਆ ਤੁਹਾਨੂੰ ਨਵੀਆਂ ਚੀਜ਼ਾਂ ਜਿਹੜੀਆਂ ਮੋਡੀਫਿਕੇਸ਼ਨ ਦੀਆਂ ਠੀਕ ਹੈ ਅੱਜ ਕੁਝ ਵੱਖਰੀਆਂ ਚੀਜ਼ਾਂ ਹੋਣਗੀਆਂ ਠੀਕ ਆ ਤੇ ਫੁੱਲ ਘੈਂਟ ਹੋਣ ਵਾਲੀਆਂ ਨੇ ਤੁਹਾਨੂੰ ਦਿਖਾਵਾਂਗੇ ਤੇ ਟਰੈਕਟਰ ਤੇ ਫਿੱਟ ਵੀ ਕਰਾਂਗੇ ਆਪਾਂ ਔਲੀ-ਔਲੀ ਫਿੱਟ ਕਰੀ ਜਾਂਦੇ ਆ ਤੇ ਗਾਇਜ਼ ਅੱਜ ਇੱਕ ਹੋਰ ਵੀ ਪ੍ਰੋਬਲਮ ਆ ਗਈ ਟਰੈਕਟਰ ਦਾ ਜਿਹੜਾ ਫਰੰਟ ਟਾਇਰ ਆ ਨਾ ਰਾਈਟ ਉਹਦਾ 베アリング ਟੁੱਟ ਗਿਆ ਮੈਨੂੰ ਸ਼ੱਕ ਲੱਗਦਾ ਸੀਗਾ ਕਿਉਂਕਿ ਲੱਗ ਰਿਹਾ ਸੀਗਾ ਮੈਨੂੰ ਵੀ 베アリング ਟੁੱਟ ਸਕਦਾ ਆਵਾਜ਼ ਵੀ ਆਉਣ ਲੱਗੀ ਸੀਗੀ ਤੇ ਚਲੋ ਬੈਰਿੰਗ ਟੁੱਟ ਗਿਆ ਬੈਰਿੰਗ ਆਪਾਂ ਬਾਅਦ ਚ ਪਵਾਵਾਂਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਵੀਰੇ ਕਿਵੇਂ ਹੋਇਆ ਵਿਆ ਹਨਾ ਤੇ ਤੁਹਾਨੂੰ ਅੱਜ ਇੱਕ ਨਵੀਂ ਚੀਜ਼ ਦਿਖਾਵਾਂਗੇ ਪਹਿਲਾਂ ਤਾਂ ਇੱਕ ਅਲੱਗ ਚੀਜ਼ ਲਾਉਣੀ ਹੈ ਜਿਹੜੀ ਦਿਨ ਚ ਦਿਖਾਉਣੀ ਹੈ ਫਿਰ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਕਿਉਂਕਿ ਉਹ ਚੀਜ਼ ਰਾਤ ਨੂੰ ਵਧੀਆ ਲੱਗੂਗੀ ਠੀਕ ਆ ਫੁੱਲ ਘੈਂਟ ਵੀਡੀਓ ਹੋਣ ਵਾਲੀ ਆ ਲਾਈਕ ਸ਼ੇਅਰ ਕਰ ਦਿਓ ਤੇ ਇੰਸਟਾਗ੍ਰam ਆਈਡੀ ਨੂੰ ਵੀ ਫੋਲੋ ਕਰ ਲਓ ਉਹ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ ਚ ਲਿੰਕ ਦਿੱਤੇ ਨੇ ਦੋਨੇ ਆਈਡੀਆ ਨੇ ਦੋਨੇ ਆਈਡੀਆ ਫੋਲੋ ਕਰ ਲਓ ਤੇ ਸਨੈਪਚੈਟ ਆਈਡੀ ਦਿੱਤੀ ਹੋਈ ਆ ਉਹ ਵੀ ਫੋਲੋ ਕਰ ਲਓ ਠੀਕ ਹੈ ਗਾਇਜ਼ ਟਰੈਕਟਰ ਆਪਾਂ ਇੱਥੇ ਲਾਤਾ ਸੀਗਾ ਪਹਿਲਾਂ ਤੂੜੀ ਤੇ ਲੱਗਿਆ ਹੋਇਆ ਸੀਗਾ ਤੇ ਮੈਂ ਜਿਹੜੀ ਪ੍ਰੋਬਲਮ ਆਈ ਆ ਮੈਂ ਤੁਹਾਨੂੰ ਦਿਖਾਉਣਾ ਆ ਬੈਰਿੰਗ ਗਿਆ ਜੀ ਇੱਥੋਂ ਆਵਾਜ਼ ਆਉਂਦੀ ਸੀ ਪਰਾਂ ਵਾਲੇ ਪਾਸੇੋਂ ਜ਼ਿਆਦਾ ਮੂੰਹ ਖੁੱਲਿਆ ਹੋਇਆ ਇਹਦਾ ਤੇ ਪਲੇ ਵੀ ਹੈਗੀ ਆ ਹੁਣ ਤਾਂ ਚਲੋ ਬੈਰਿੰਗੇ ਚਲੇ ਗਿਆ ਹਨਾ ਤੇ ਜਿਹੜਾ ਆ ਟਾਇਰ ਹੈ ਇਹਦੇ ਟਾਇਰ ਆ ਟਾਇਰ ਚ ਵੀ ਮੈਂ ਦੇਖਿਆ ਸੀਗਾ ਪਲੇ ਹੈਗੀ ਆ ਗਾਇਜ਼ ਜਿਹੜੀ ਅੱਜ ਕੰਮ ਕਰਨਾ ਸੀਗਾ ਮੇਨ ਉਹ ਕਰਨਾ ਸੀਗਾ ਆਪਾਂ ਟਾਇਰ ਬਾਹਰ ਕੱਢਣੇ ਸੀਗੇ ਮਤਲਬ ਇੱਕ ਤਾਂ ਟਾਇਰਾਂ ਦਾ ਪਾਸਾ ਹੀ ਬਦਲਾਇਆ ਜਾਊਗਾ ਨਾਲੇ ਹਨਾ ਨਾਲੇ ਟਾਇਰ ਬਾਹਰ ਹੋ ਜਾਣਗੇ ਉਹ ਕਰਨਾ ਸੀ ਕਿਉਂਕਿ ਅੱਜ ਆਹ ਪ੍ਰੋਬਲਮ ਆ ਗਈ ਹੁਣ ਹੋਣਾ ਨਹੀਂ ਹੈਗਾ ਪਰ ਅੱਜ ਤੁਹਾਨੂੰ ਇੱਕ ਜਿਹੜੀ ਚੀਜ਼ ਹੋਣੀ ਆ ਉਹ ਫੁੱਲ ਘੈਂਟ ਆ ਇਦੂ ਵੀ ਘੈਂਟ ਹੋਣ ਵਾਲੀ ਆ ਠੀਕ ਆ ਫੁੱਲ ਘੈਂਟ ਹੋਣ ਵਾਲੀ ਆ ਤੇ ਇਹਨੂੰ ਲਾਉਣੇ ਆ ਪਹਿਲਾਂ ਅੰਦਰ ਟਿਕਾਣੇ ਤੇ ਜਿੱਥੇ ਆਪਾਂ ਬਣਾਉਣੀ ਆ ਵੀਡੀਓ ਤੇ ਦੇਖਦੇ ਆ ਟਾਇਰ ਕਿੰਨਾ ਕੁ ਘੁੰਮਦਾ ਇਹਦਾ ਲੋ ਜੀ ਗਾਇਜ਼ ਆਪਾਂ ਇੱਥੇ ਲਾਤਾ ਕੋਈ ਜ਼ਿਆਦਾ ਫਰਕ ਤਾਂ ਨਹੀਂ ਪਿਆ ਕਿਉਂਕਿ ਹਾਲੇ 베アリング ਤਾ ਜੇ ਟੁੱਟਿਆ ਸੀ ਉਸ ਤੋਂ ਬਾਅਦ ਚੱਲਿਆ ਨਹੀਂ ਹੈਗਾ ਜਿਆਦਾ ਟਰੈਕਟਰ ਤੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਆਪਾਂ ਕਿਹੜੀ ਚੀਜ਼ ਲਾਉਣੀ ਹੈ ਤੇ ਤੇ ਠੀਕ ਆ ਹਾਂਜੀ ਗਾਇਜ਼ ਦਿਖਾਈਏ ਫਿਰ ਤੁਹਾਨੂੰ ਸਮਾਨ ਸਮਾਨ ਤਾਂ ਖੈਰ ਬਹੁਤ ਆਂਦਾ ਵੱਡੀਆਂ ਲੈਟਾਂ ਵੀ ਲੈਂਦੀਆਂ ਨੇ ਪਰ ਤੁਹਾਨੂੰ ਜਿਹੜਾ ਅੱਜ ਲਾਉਣਾ ਆਪਾਂ ਉਹ ਦਿਖਾਉਣੇ ਆ ਪ੍ਰਤਾਪ ਕਿੱਥੇ ਪੁੱਤ ਸਮਾਨ ਅੱਜ ਆਪਾਂ ਜਿੰਨਾ ਕੁ ਟਾਈਮ ਮਿਲੂ ਆਪਾਂ ਨੂੰ ਆ ਫਿਟ ਕਰਾਂਗੇ 181 ਸੱਚ ਸੌਰੀ ਠੀਕ ਆ ਇਕ 81K47 ਪੂਰੀ ਫਿਕਸਡ ਆ ਇਹ ਉੱਥੇ ਹੈਂਡਲ ਲੱਗਣ ਨੂੰ ਲੱਗੂਗੇ ਪ੍ਰਤਭ ਤੇ ਨਟ ਦਿਖਾਈਏ ਇੱਕ ਮਿੰਟ ਨਟ ਦਿਖਾਈਏ ਹੈਗਾ ਯਾਰ ਨਟ ਸਾਰੇ ਪੂਰੇ ਨੇ ਹਾਂ ਨਟ ਪੂਰੇ ਨੇ ਠੀਕ ਹੈ ਗਾਇਜ਼ ਆਹ ਲਾਈਟ ਮੇਰੀ ਫੇਵਰਟ ਲਾਈਟ ਆ ਤੇ ਇਹਦੇ ਨਾਲ ਦੀ ਇੱਕ ਹੋਰ ਲੰਬੀ ਲਾਈਟ ਵੀ ਹੈਗੀ ਆਪਣੇ ਕੋਲ ਵੱਡੀ ਤੇ ਉਹ ਵੀ ਦਿਖਾਉਣਾ ਤੁਹਾਨੂੰ ਇਹ ਕੀ ਹੈ ਤਾਂ ਸਾਫ ਜਿਓ ਹੈ ਆਹ ਦੇਖੋ ਲਾਈਟ ਇਹ ਲਾਈਟ ਮੈਨੂੰ ਬਹੁਤ ਸੋਹਣੀ ਲੱਗਦੀ ਯਾਰ ਪੀ ਬਹੁਤ ਮੇਰੀ ਫੇਵਰਿਟ ਲਾਈਟ ਹੈ ਜਾਨੀ ਮੈਨੂੰ ਮਤਲਬ ਇਹ ਜਿਹੜੇ ਕਲਰ ਨਿਕਲਦੇ ਨੇ ਬਾਲੇ ਵਧੀਆ ਲੱਗਦੇ ਆ ਤੇ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਹਨਾ ਪਰ ਇਹਦੇ ਨਾਲ ਆ ਦੇਖੋ ਆ ਲੱਗਿਆ ਹੋਇਆ ਹੈ ਇਹਦੇ ਆਪਣੇ ਟਰੈਕਟਰ ਦੇ ਨਾ ਜਿਹੜਾ ਚਾਰਜਿੰਗ ਪੁਆਇੰਟ ਆ ਗਾਇਸ ਦਿੱਤਾ ਹੋਇਆ ਹੈ ਇਹਦੇ ਵਿੱਚ ਵੀ ਲੱਗ ਜੂਗਾ ਆ ਦੇਖੋ ਆ ਤਾਰਾਂ ਜਾਂਦੀਆਂ ਨੇ ਉੱਥੇ ਸੋਚ ਲੱਗੀ ਹੋਈ ਆ ਇਹ ਤਾਰਾਂ ਨਾ ਇੱਥੇ ਦੀ ਆ ਕੇ ਨਾ ਮੇਰੀਆਂ ਇੱਥੇ ਆ ਦੇਖੋ ਆ ਛੱਡਿਆ ਹੋਇਆ ਇੱਥੇ ਬੰਪਰ ਤੇ ਲਾਈਟ ਲੱਗੀ ਹੁੰਦੀ ਸੀ ਉਹਦੇ ਵਾਸਤੇ ਦਿੱਤੀ ਹੋਈ ਆ ਆਪਾਂ ਇਹਨੂੰ ਇੱਥੋਂ ਮਤਲਬ ਕ੍ਰੈਕ ਕਰਕੇ ਇੱਥੋਂ ਦੇ ਦਾਂਗੇ ਇਹ ਇੱਥੇ ਫਿੱਟ ਕਰਨੀਆਂ ਗਾਇਸ ਸੁਜੈਸ਼ਨ ਦਿਓ ਵੀ ਇੱਥੇ ਜਿਹੜੀ ਆਪਾਂ ਫਿੱਟ ਕਰਨੀ ਆ ਮਤਲਬ ਇੱਥੇ ਗਲੀਆਂ ਕੱਢਣੀਆਂ ਪੈਣਗੀਆਂ ਯਾਰ ਫਰਮਟਰ ਦੇ ਵਿੱਚ ਗਲੀਆਂ ਕੱਢਣੀਆਂ ਪੈਣਗੀਆਂ ਜਾਂ ਫਿਰ ਕੋਈ ਹੋਰ ਤਰੀਕਾ ਹੈਗਾ ਜਾਂ ਤੁਸੀਂ ਮੈਨੂੰ ਦੱਸਿਓ ਐਨੇ ਮੈਂ ਤੇ ਮੈਂ ਸੇ ਟੈਂਪਰੇਰੀ ਫਿੱਟ ਕਰੂੰਗਾ ਹਾਂ ਇਹ ਲਾਈਟ ਚੇਂਜ ਕਰ ਸਕਦੇ ਆ ਆਪਾਂ ਠੀਕ ਆ ਗਾਇਸ ਇਹਨੂੰ ਆਪਾਂ ਐਨੇ ਧਰ ਦਿਆਂ ਗਾਇਸ ਇੱਥੇ ਇੱਥੇ ਧਰ ਦਿੰਨੇ ਇਹਨੂੰ ਆਪਾਂ ਆ ਦੇਖੋ ਆ ਲਾਈਟ ਨਾਲ ਚਿਪਕ ਜੂਗਾ ਥੱਲੇ ਮਡਗਾਰਡ ਨਾਲ ਚਿਪਕ ਮਡਗਾਰਡ ਆ ਗਿਆ ਸੌਰੀ ਜਿੱਥੇ ਮਤਲਬ ਸ਼ੋਅ ਹੈ ਉੱਥੇ ਚਿਪਕ ਜੂਗਾ ਜਾਂ ਫਿਰ ਆਪਾਂ ਲੌਣੀ ਫੂ ਇੱਥੇ ਜੇ ਇੱਥੇ ਨਾ ਫਿੱਟ ਆਈ ਠੀਕ ਆ ਆ ਦੇਖੋ ਗਾਇਜ਼ ਇਹ ਐਦਾਂ ਹੋਊਗੀ ਪਰ ਮੈਨੂੰ ਲੱਗਦਾ ਜਿਹੜੇ ਜਿਹੜੇ ਸਟੈਂਡ ਨੇ ਨਾ ਇੱਥੇ ਆਊ ਹੈ ਲਾਈਟ ਥੋੜੀ ਵੱਡੀ ਲੱਗਦੀ ਆ ਫਿਰ ਇੱਥੇ ਮਤਲਬ ਫਿਕਸ ਨਹੀਂ ਹੋਣੀ ਹੈਗੀ ਕਿਉਂਕਿ ਆ ਸਟੈਂਡ ਵੀ ਲੱਗਣੇ ਨੇ ਚੰਪਰਦਾਪਾ ਫਿੱਟ ਕਰ ਲ ਆਪਾਂ ਪਹਿਲਾਂ ਚਲਾ ਕੇ ਦੇਖਦੇ ਆ ਇਹਨੂੰ ਲੋ ਗਾਇਜ਼ ਆਪਾਂ ਪਾਨਾ ਲਾ ਕੇ ਦੇਖਦੇ ਆ ਵੀ ਕਿਹੜਾ ਪਾਨਾ ਲੱਗੂ ਇਹਨੂੰ ਲੱਗ ਗਿਆ ਖੁੱਲ ਗਿਆ ਤਾਂ ਸੌਖਾ ਹੀ ਖੁੱਲ ਜੂ ਇਹ ਪਤਾ ਨਹੀਂ ਆਪਣੇ ਖੋਲੇ ਹੋਏ ਸੀਗੇ ਲੋ ਗਾਇਜ਼ ਆਪਾਂ ਪਹਿਲਾਂ ਨਾ ਚੈੱਕ ਕਰਕੇ ਦੇਖਦੇ ਆਂ ਕਿ ਇਹ ਚੱਲਦੀ ਆ ਕਿ ਨਹੀਂ ਮਤਲਬ ਚੱਲਦੀ ਤਾਂ ਹੈਗੀ ਆ ਉੱਥੇ ਟੈਸਟ ਕਰੀ ਚੱਲਦੀ ਤਾਂ ਹੈਗੀ ਆ ਟੈਸਟ ਕਰੀ ਆ ਆਪਾਂ ਉਹ ਯਾਰ ਪਰ ਜਿਹੜਾ ਚਾਰਜਿੰਗ ਪੁਆਇੰਟ ਆ ਰਿਹਾ ਇਹਦੇ ਨਾਲ ਦੇਖ ਲੈਂਦੇ ਆ ਪੁਸ਼ ਆਨ ਬਟਨ ਪਿੱਛੇ ਵੀ ਬਟਨ ਲੱਗਿਆ ਹੋਇਆ ਦੇਖ ਚੱਲਦੀ ਆ ਦੇਖੋ ਗਾਇਜ਼ ਚੱਲਦੀ ਆ ਹਾਂ ਪਰ ਇਹ ਜਿਆਦਾ ਰਾਤ ਨੂੰ ਵਧੀਆ ਲੱਗਦੀ ਹੁੰਦੀ ਆ ਹੁਣ ਥੋੜੀ ਜੀ ਆਰਡ ਲੱਗਦੀ ਹੋਊਗੀ ਹਟ ਜਾ ਇਹਦੀਆਂ ਲਾਈਟਾਂ ਚੇਂਜ ਕਰਕੇ ਦੇਖਦੇ ਆਂ ਆਪਾਂ ਹਾਂ ਜੇ ਹੁੰਦੀਆਂ ਨੇ ਟੰ 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 ਹੁਣ ਆ ਹੁਣ ਹੁਣ ਥੋੜੀ ਸਲੋ ਚੱਲਦੀ ਐ ਬਲਿੰਕ ਹਨਾ ਹੁਣ ਫਾਸਟ ਚੱਲਦੀ ਕੋ ਠਾ 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 ਇਹਦੇ ਨਾਲ ਦੀ ਗਾਇਜ਼ ਇੱਕ ਹੋਰ ਲਾਈਟ ਆ ਉਹ ਵੱਡੀ ਆ ਮੈਨੂੰ ਉਦੋਂ ਵੀ ਸੋਹਣੀ ਲੱਗਦੀ ਆ ਪਰ ਇਹਦੀ ਜਿਹੜੀ LED ਆ ਨਾ ਬਹੁਤ ਸੋਹਣੀ ਲੱਗਦੀ ਆ ਤੁਸੀਂ ਸੁਜੈਸ਼ਨ ਦਿਓ ਇਹ ਤਾਂ ਉਰੇ ਲੱਗਦੀ ਆ ਵੈਸੇ ਠੀਕ ਆ ਤੇ ARP 1 ਮਿੰਟ ਪਰ ਇਹਦੀ ਤਾਰ ਸਪਰਿੰਗ ਵਾਲੀ ਹੋ ਆ ਹਨਾ ਇੱਥੇ ਫਿੱਟ ਕਰਨਾ ਪਊ ਇਹ ਆਪਾਂ ਨੂੰ ਉਹ ਦੇਖੋ ਇੱਥੇ ਫਟੋਣਾ ਇਹ ਕਿਉਂਕਿ ਇਹ ਹੋਰ ਜਗ੍ਹਾ ਤੇ ਤਾਂ ਹੋਮ ਨਹੀਂ ਸਕਦੀ ਦੇਖੋ ਪਰ ਹੁਣ ਗੱਲ ਇਹ ਆ ਵੀ ਸ਼ੋਅ ਦੇ ਵਿੱਚ ਗਲੀਆਂ ਕੱਢਣੀਆਂ ਪੈਣਗੀਆਂ ਯਾਰ ਵੀ ਹੁਣ ਪਏ ਤਾਂ ਕਰੀਏ ਕੀ ਚਲ ਆ ਤਾਂ ਥੋੜਾ ਜਿਹਾ ਉੱਚਾ ਚੱਕ ਲਾਂਗੇ ਇੱਥੇ ਨਟਾਉਣਗੇ ਹਨਾ ਵੀ ਕਿਸੇ ਹੋਰ ਚੀਜ਼ ਨਾਲ ਜੇ ਚਿਪਕ ਜਾਵੇ ਚਿਪਕੀ ਹੋਈ ਤਾਂ ਰਹਿੰਦੀ ਨਹੀਂ ਹੈਗੀ ਗਾਇਜ਼ ਹਨਾ ਤੇ ਪਹਿਲਾਂ ਗਾਇਜ਼ ਆ ਖੋਲ ਲਈ ਆਪਾਂ ਤੇ ਹੁਣ ਆਪਾਂ ਕਰਾਂਗੇ ਗਨ ਫਿਟ ਹਾਂ ਗਨ ਫਿਟ ਕਰਾਂਗੇ ਆ ਨਿਕਲ ਗਿਆ ਗਾਇਜ਼ ਦੇਖ ਲਓ ਇਹ オリジナル ਆ ਪਰ ਇੱਕ ਗੱਲ ਹੈ ਪ੍ਰਤਾਪ ਹੈਵੀ ਚ ਬਹੁਤ ਹੁੰਦੀ ਆ オリジナル ਚੀਜ਼ ਹਨਾ ਆ ਦੇਖੋ ਗਾਇਜ਼ ਆਪਣੀ ਪੁਲਸ ਲਾਈਟ ਦੇ ਵਿੱਚ ਆਹ ਪਈਆਂ ਨੇ ਚਲੋ ਜੀ ਫੜੋ ਗਨ ਟਾਈਪ ਹੈਂਡਲ ਗਨ ਟਾਈਪ ਹੈ ਮੈਨੂੰ ਗਨ ਟਾਈਪ ਹੈਂਡਲ ਕਹਿੰਦੇ ਆ ਤੇ ਆਪਾਂ ਪਹਿਲਾਂ ਟਰਾਈ ਕਰਕੇ ਦੇਖੀਏ ਵੀ ਐਂ ਆ ਵੀ ਫਿੱਟ ਆ ਜਾਵੇ ਹਾਂ ਛੋਟੇ ਨੇ ਕਿਹੀਂ ਨੇ ਐਵੇਂ ਫਿੱਟ ਕਰਤਾ ਫਿੱਟ ਤਾਂ ਆਉਂਦੇ ਨਹੀਂ ਸੀ ਥੋੜਾ ਜਿਹਾ ਐਂ ਖੋਲ ਕੇ ਫਿੱਟ ਕਰਤੇ ਹਨਾ ਫਿੱਟ ਕਰਤੇ ਤੇ ਪਹਿਲਾਂ ਤਾਂ ਚਲੋ ਤੱਕੇ ਨਾਲ ਫਿੱਟ ਕਰੇ ਨੇ ਗਾਇਜ਼ ਫਰਕ ਤੁਸੀਂ ਦੇਖਾਵਾਂ ਤੁਹਾਨੂੰ ਮੈਂ ਫਰਕ ਦੇਖੋ ਕਿੰਨਾ ਫਰਕ ਦੇਖੋ ਇੰਨਾ ਫਰਕ ਆ ਦੇਖੋ ਆ ਦੇਖੋ ਠੀਕ ਆ ਆ ਦੇਖੋ ਉਹ ਉਰੇ ਆਉਂਦੇ ਨੇ ਉਰੇ ਤੱਕੇ ਆਉਂਦੇ ਨੇ ਲੱਗੇਗੀ ਉਹ ਵਾਲੀ ਟਾਇਰ ਕੋ ਆਉਣੇ ਨੇ ਲਿਆਉਣ ਵਾਲੇ ਨੇ ਟਾਇਰ ਆਪਾਂ ਪਵਾ ਕੀਤੇ ਡੈਡੀ ਹਾਂ ਖਾਓ ਕੇ ਟਾਇਰ ਪੁੱਤ ਪਵਾ ਦਉਂਦੇ ਤੇ ਹਾਂ ਟਾਇਰ ਪਵਾਉਣੇ ਨਹੀਂ ਬੋਲਦਾ ਨਾਟ ਹਾਂ ਮਜ਼ਾ ਕੋ ਲੈ ਮੈਂ ਪੁੱਠੇ ਪਾਸੇ ਨੂੰ ਖੋਲਣ ਲੱਗ ਗਿਆ ਹਾਂ ਪੁੱਠੇ ਪਾਸਾ ਫਿਰ ਐਂ ਲਾ ਕੇ ਦੇਖਿਆ ਐਂ ਲਾ ਕੇ ਦੇਖਿਆ ਵੀ ਕਿੱਦ ਨੂੰ ਖੁੱਲੂਗਾ ਹਮੇਸ਼ਾ ਨਾ ਜਿਹੜਾ ਕੋਈ ਵੀ ਨਟ ਹੁੰਦਾ ਰਾਈ ਲੈਫਟ ਸਾਈਡ ਨੂੰ ਖੁੱਲਦਾ ਹੁੰਦਾ ਹਮੇਸ਼ਾ ਪਹਿਲਾਂ ਤਾਂ ਸਾਨੂੰ ਫਿਕਰ ਹੋ ਗਈ ਸੀ ਵੀ ਲੈ ਵੀ ਇਹ ਵੀ ਨਹੀਂ ਫਿੱਟ ਆਇਆ ਪਰ ਤੱਕੇ ਨਾਲ ਕਰਾਂਗੇ ਆ ਗਏ ਫਿੱਟ ਬਸ ਇਦੇ ਵਿੱਚ ਪੱਤੀ ਵੀ ਲੱਗੂਗੀ ਪੱਤੀ ਮੇਰੇ ਹੱਥ 'ਚ ਰਹਿ ਗਈ ਫੇਰ ਮਸ ਗਿਆ ਤੇ ਗਾਇਜ਼ ਇੱਕ ਲੈਡ ਤਾਂ ਤੁਹਾਨੂੰ ਦਿਖਾਤੀ ਤੇ ਇੱਕ ਲਾਈਟ ਤੁਹਾਨੂੰ ਹੋਰ ਥੋੜਾ ਜਿਹਾ ਸ਼ਾਮ ਹੋ ਲੈਣ ਤੋਂ ਤੇ ਤੁਹਾਨੂੰ ਲਾਈਟ ਇੱਕ ਹੋਰ ਬੰਬ ਲਾਈਟ ਵੀਡੀਓ ਪੂਰੀ ਦੇਖੀ ਜਾਏ ਹਾਂ ਬੰਬ ਲਾਈਟ ਮੰਨ ਲਓ ਵੀ ਆਏ ਆ ਵੀ ਬੰਬ ਲਾਈਟ ਬੰਬ ਲਾਈਟ ਮੰਨ ਲਓ ਵੀ ਅਲਟਰਾ ਪਾਵ ਮੈਕਸ ਹੁਣ ਤੁਹਾਨੂੰ ਇੱਕ ਹੋਰ ਲਾਈਟ ਦਿਖਾਵਾਂਗੇ ਜਿਹੜੀ ਬੰਬ ਹੋਣੀ ਆ ਪੂਰੀ ਘੈਂਟ ਹੋਣੀ ਆ ਤੁਸੀਂ ਅੰਡ ਤੱਕ ਦੇਖਿਓ ਵੀਡੀਓ ਦੇਖੋ ਗਾਇਜ਼ ਆ ਫਿੱਟ ਹੋ ਗਿਆ ਇੱਕ ਆਪਣੇ ਕਸਤਾ ਥੋੜਾ ਜਿਆ ਮਤਲਬ ਸਾਈਜ਼ ਦਾ ਫਰਕ ਸੀ ਪਰ ਖਿੱਚ ਕੁਚਕੇ ਕਰਤਾ ਪਰ ਹੁੰਦਾ ਕੁਛ ਨਹੀਂ ਤੇ ਆਪਾਂ ਮੈਨੂੰ ਇਹ ਲੱਗਦਾ ਵੀ ਇਹ ਤੇ ਆਪਾਂ ਪੂਰਾ ਜ਼ੋਰ ਨਹੀਂ ਪਾ ਸਕਦੇ ਹਨਾ ਵੀ ਚੁੱਕੇ ਤੇ ਕਿਉਂਕਿ ਇਹਨੇ ਮਤਲਬ ਸਟਰੋਂਗ ਨਹੀਂ ਹੁੰਦੇ ਜਿੰਨੇ ਇਹ ਸਟਰੋਂਗ ਹੁੰਦੇ ਆ ਤੇ ਚਲੋ ਵਧੀਆ ਲੱਗਦਾ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤੂੰ ਤੋੜਨਾ ਨਹੀਂ ਆਰਪੀ ਪਹਿਲਾਂ ਹੀ ਤੇ ਜਿਹੜੀ ਆਹ ਲਾਈਟ ਹੈ ਇਹ ਲਾਈਟਾਂ ਵੀ ਆਪਾਂ ਚੇਂਜ ਕਰਨੀਆਂ ਨੇ ਤੁਹਾਨੂੰ ਦਿਖਾਵਾਂਗੇ ਲਾਈਟਾਂ ਇਹ ਵੀ ਫੁੱਲ ਘੰਟ ਲਾਈਟਾਂ ਲੈਂਦੀਆਂ ਨੇ ਆਪਾਂ ਨੇ ਗਾਇਜ਼ ਦੇਖੋ ਮੇਰੇ ਕੰਮ ਪੱਤੀ ਫੇਰ ਪਾਉਣੀ ਭੁੱਲ ਗਿਆ ਮੈਂ ਪੱਤੀ ਫੇਰ ਪਾਉਣੀ ਭੁੱਲ ਗਿਆ ਯਾਰ ਤੂੰ ਯਾਰ ਭੁਲਾਈ ਜਾਣਾ আর ਵੀ ਹੋਰੇ ਕੰਮ ਕਰੀ ਜਾਣਾ ਯਾਰ ਤੂੰ ਆ ਜਾ ਉਹ ਰਿਆ ਫਿਰ ਹੈਲਪ ਕਰਾ ਮਾੜੀ ਜੀ ਦੇਖੀ ਉਧਰੋਂ ਲੈ ਖੋਲਣ ਲੱਗਿਆ ਦੇਖੀ ਖੋਲ ਦੂ ਇਹ ਫਿਰ ਪੁੱਛੇ ਮਾੜਾ ਜੈ ਨੂੰ ਲੈ ਹੁਣ ਆਪਾਂ ਇਹਨੂੰ ਹੱਥ ਵੀ ਪਾ ਸਕਦੇ ਆ ਪਰ ਦੇਖ ਦੇਖ ਕੇ ਮੈਂ ਤੇਰਾ ਮਾੜਾ ਜੈ ਦੇਖ ਕੇ ਬਲੋ ਜਰਾ ਬਚ ਕੇ ਮੋੜ ਤੋਂ ਇੰਨਾ ਸਟਰੋਂਗ ਨਹੀਂ ਇਹਨੇ ਕਾੜ ਦੇ ਨੇ ਇੱਥੋਂ ਟੁੱਟਣਾ ਫਿਰ ਗਾਇਜ਼ ਇਹਨੇ ਇੱਥੋਂ ਟੁੱਟਣਾ ਬਿਲਡਿੰਗ ਜਦੋਂ ਟੁੱਟੂਗਾ ਇੱਥੋਂ ਟੁੱਟੂਗਾ ਇਹਨੇ ਹੱਥ ਨਹੀਂ ਪਾਉਣਾ ਹੋਗਾ ਜਦੋਂ ਟੋੜਨਾ ਨਹੀਂ ਹੈਗਾ ਯਾਰ ਮੇਰੇ ਪੈਸੇ ਲੱਗੇ ਹੋਏ ਨੇ ਨੀਚੇ ਮੈਂ ਫਿੱਟ ਕਰੂੰਗਾ ਲੋ ਗਾਇਜ਼ ਆਪਾਂ ਇਹਨੂੰ ਫਿੱਟ ਕਰ ਦਈਏ ਆ ਦੇਖੋ ਇੰਨਾ ਫਰਕ ਹੈ ਤੇ ਚਲੋ ਕੋਈ ਗੱਲ ਨਹੀਂ ਆਪਾਂ ਖਿੱਚ-ਖੁੱਚ ਕੇ ਖਿੱਚ ਤੋ ਕੇ ਲਾ ਦੇਵਾਂਗੇ ਠੀਕ ਹੈ ਜਿਗਾਰਡ ਜਾ ਕਰਕੇ ਹਾਂ ਪਹਿਲਾਂ ਬਸਲ ਪਾ ਕੇ ਸਿੱਖਣਾ ਚਾਹੀਦਾ ਕੰਮ ਹਾਂ ਕੰਮ ਜ਼ਰੂਰ ਸਿੱਖਣਾ ਚਾਹੀਦਾ ਆਏ ਹੋਏ ਪਹਿਲਾਂ ਬਸਲ ਪਾਉਂਗੀ ਫਿਰ ਪਰਾਂ ਨੂੰ ਹਾਂ ਗਾਈਜ਼ ਆ ਜਿਹੜਾ ਹੈਂਡਲ ਆ ਇਹ ਆਰਪੀ ਨੇ ਕੱਸਿਆ ਗਾਈਜ਼ ਆ ਦੇਖੋ ਤੁਸੀਂ ਅ ਥੋੜਾ ਜਨਾ ਦੇਖੋ ਨੀਵਾ ਹੋ ਗਿਆ ਮਤਲਬ ਇਹ ਉੱਪਰ ਨੂੰ ਚਾਹੀਦਾ ਸੀ ਕਿ ਆ ਸਿੱਧਾ ਹੈ ਦੇਖੋ ਹਨਾ ਇਹਦੇ ਚ ਗੈਪ ਜ਼ਿਆਦਾ ਆ ਇਹ ਸਹੀ ਲੱਗਿਆ ਮੈਨੂੰ ਉਹ ਸਹੀ ਨਹੀਂ ਲੱਗਿਆ ਉਹਦੇ ਵਿੱਚ ਆਪਾਂ ਬਾਸਲ ਪਾ ਦਾਂਗੇ ਠੀਕ ਆ ਪਹਿਲਾਂ ਹੁਣ ਆਪਾਂ ਲਾਈਟ ਕੱਸ ਦਈਏ ਜਿਹੜੀ ਗੱਲ ਆ ਹਨਾ ਪਾ ਲਾਈਟ ਲਾ ਦਈਏ ਲੋ ਗਾਇਸ ਹੁਣ ਆਪਾਂ ਚਲਾ ਕੇ ਦੇਖਦੇ ਹਾਂ ਢਿੱਲ ਲੰਬੀ ਆ ਹਾਂ ਤਾਰ ਗੱਡੀ ਲੰਬੀ ਹੈ ਇਹ ਉਹ ਥੋੜਾ ਲੱਗ ਸਕਦੀ ਹੈ ਹਾਂ ਲੱਗ ਸਕਦੀ ਹੈ ਠੀਕ ਹੈ ਐਣਾ ਮੈਂ ਫੜ ਕੇ ਦੇਖਦਾ ਤੁਸੀਂ ਜੇ ਆਉਂਦੀ ਹੈ ਠੀਕ ਆ ਆ ਦੇਖੋ ਆ ਦੇਖੋ ਜੀ ਵਾਓ ਕੀ ਸੁਪਰ ਕੂਲ ਹੈ ਦੇ ਕਾਰ ਤੇ ਦੇਖੋ ਗਾਇਸ ਲਾਈਟ ਤਾਂ ਇਸ ਕਰਕੇ ਮੈਨੂੰ ਇਹ ਲਾਈਟ ਸਭ ਤੋਂ ਸੋਹਣੀ ਲਾਈਟ ਲੱਗਦੀ ਹੈ ਇਹ ਦੇਖੋ ਲੋ ਜੀ ਗਾਇਜ਼ ਇਹਦੇ ਵਿੱਚ ਕਈ ਮੋਡ ਨੇ ਤੇ ਆਪਾਂ ਇਹ ਫਿਕਸ ਨਹੀਂ ਕਰੀ ਹਲੇ ਚਲਾ ਕੇ ਦੇਖੇ ਨੇ ਗਾਇਜ਼ ਮੈਨੂੰ ਇੱਥੇ ਸੈਟ ਲੱਗ ਰਹੀ ਆ ਆਰਪੀ ਇਹ ਹਾਂ ਮੈਨੂੰ ਪੂਰੀ ਸੈਟ ਲੱਗੀ ਉਰੀ ਸੈਟ ਲੱਗਦੀ ਆ ਤੇ ਆਪਾਂ ਇਹਨੂੰ ਰਿਫਿਟ ਕਰ ਦਾਂਗੇ ਫਿਰ ਗਾਇਜ਼ ਉਧਰੋਂ ਮੋਡ ਚੇਂਜ ਕਰਕੇ ਦਿਖਾਊਗਾ ਤੇ ਤੁਸੀਂ ਮੋਡ ਦੇਖੋ ਇਹਦੇ ਕਿਹੜੇ ਕਿਹੜੇ ਨੇ 3 2 1 1 ਗੋ ਇੱਕ ਆ ਮੋਡ ਆ ਗਾਇਜ਼ ਆ ਦੇਖੋ ਗਾਇਜ਼ ਪਹਿਲਾਂ ਤਾਂ ਆ ਦੇਖੋ ਵੀ ਇਧਰੋਂ ਬਲਿੰਕ ਕਰਦੀ ਆ ਹਨਾ ਇਹ ਵੀ ਸੋਹਣੀ ਲੱਗਦੀ ਆ ਗਾਇਜ਼ ਆ ਦੇਖੋ ਤੇ ਮੈਨੂੰ ਥੋੜੀ ਜੀ ਆ ਜਿਆਦਾ ਸੋਹਣੀ ਲੱਗੀ ਆ ਗਾਇਜ਼ ਇਹਨੂੰ ਆਪਾਂ ਇੱਥੇ ਫਿਕਸ ਕਰਾਂਗੇ ਮੈਨੂੰ ਸੋਹਣੀ ਲੱਗੀ ਪਰ ਇਹਦੀ ਆਪਾਂ ਦੇਖਾਂਗੇ ਵੀ ਇਹ ਫਿੱਟ ਕਿਵੇਂ ਆਊਗੀ ਹਨਾ ਇੱਥੇ ਫਟੋ ਆਰਪੀ ਇਹ ਦੇਖੀ ਇੱਥੇ ਇਹਨੂੰ ਬਿਲਡ ਕਰਾ ਦਾਂਗੇ ਜਾਂ ਤਾਂ ਹਨਾ ਗਾਇਜ਼ ਤੁਸੀਂ ਦੱਸਿਓ ਵੀ ਆਪਾਂ ਇਹਨੂੰ ਕਿਵੇਂ ਕਰਾਈ ਪਰੇ ਇਹਨਾਂ ਸਖਤ ਇਹਦੇ ਵਿੱਚ ਗੱਲੀ ਤਾਂ ਨਿਕਲਣੀ ਨਹੀਂ ਯਾਰ ਵੀ ਆ ਗਾਇਜ਼ ਦੇਖਿਓ ਆ ਨੀਚੇ ਹੋ ਗਈ ਫਟ ਤੁਸੀਂ ਮੈਨੂੰ ਦੱਸਿਓ ਵੀ ਕਿੱਥੇ ਫਟ ਹੋਊਗੀ ਤੇ ਗਾਇਜ਼ ਦੇਖੋ ਵੀ ਆ ਤਾਂ ਲਾਈਟ ਮੇਰੀ ਫੇਵਰੇਟ ਲਾਈਟ ਇਹ ਆ ਜਿਹੜੀ ਬਾਰ ਲਾਈਟ ਆ ਨਾ ਜਿਹੜੀ ਹਿੱਸੇ ਤੇ ਲੱਗਦੀ ਆ ਉਹਦੇ ਨਾਲੋਂ ਵੀ ਮੈਨੂੰ ਇਹ ਚੰਗੀ ਲੱਗਦੀ ਆ ਸੋਹਣੀ ਲੱਗਦੀ ਆ ਸੋਹਣੀ ਲੱਗਦੀ ਆ ਠੀਕ ਹੈ ਤੇ ਆਪਾਂ ਇਹਨੂੰ ਵੀ ਆਪਾਂ ਫਿਕਸ ਕਰੀਏ ਠੀਕ ਆ ਚਲਾ ਕੇ ਦੇਖੀਏ ਤੁਸੀਂ ਦੇਖ ਸਕਦੇ ਹੋ ਵੀ ਆਹ ਕਲੰਪ ਲੱਗਣਗੇ ਤੁਸੀਂ ਨਾ ਗਾਇਜ਼ ਮੈਨੂੰ ਸੁਜੈਸ਼ਨ ਦੋ ਵੀ ਕੋਈ ਐਦਾਂ ਦੀ ਚੀਜ਼ ਜਿਹੜੀ ਫਿਕਸ ਹੋ ਜਾਵੇ ਇੱਥੇ ਬਿਨਾਂ ਗਲੀਆਂ ਕੱਢੇ ਵੀ ਇੱਥੇ ਫਿਕਸ ਹੋ ਜਾਵੇ ਹਨਾ ਜਾਂ ਇੱਥੇ ਹੋ ਜਾਵੇ ਤੇ ਮੈਨੂੰ ਦੱਸੋ ਤੁਸੀਂ ਕਿਉਂਕਿ ਇੱਥੇ ਹੀ ਹੋਊਗੀ ਆ ਤਾਂ ਆਪਾਂ ਚੱਕ ਵੀ ਚੱਕਦੇ ਹੁੰਨੇ ਆ ਨਾ ਕਿਉਂਕਿ ਇਹ ਤਾਂ ਬੋਨਟ ਆ ਇੱਥੇ ਫਿਕਸ ਹੋ ਸਕਦਾ ਦੱਸਿਓ ਵੀ ਕਿਹੜੀ ਚੀਜ਼ ਆ ਜਿਹਦੇ ਨਾਲ ਫਿਕਸ ਹ ਤੇ ਆਪਾਂ ਵੀਡੀਓ ਚ ਵੀ ਕੱਢ ਕੇ ਦੇਖ ਲਾਂਗੇ ਹਨਾ ਤੇ ਗਾਇਜ਼ ਤੁਸੀਂ ਮੈਨੂੰ ਇੱਕ ਹੋਰ ਚੀਜ਼ ਦੱਸਿਓ ਦੇਖੋ ਆ ਵੀ ਗਨ ਟਾਈਪ ਆ ਹਨਾ ਆ ਵੀ ਗਨ ਟਾਈਪ ਆ ਵੀ ਸੋਹਣਾ ਲੱਗਦਾ ਆਹ ਵਾਲੀ ਲਾਈਟ ਆ ਵੀ ਇਥੋਂ ਇਲਾਵਾ ਕਿਤੇ ਹੋਰ ਫਿੱਟ ਹੋ ਸਕਦੀ ਆ ਖੜਦੇ ਅੱਖਾਂ ਚ ਪੈਂਦੀ ਆ ਦੇਖੋ ਇੱਕ ਆ ਮੋੜ ਆ ਗਿਆ ਹਾਂ ਬਲਿੰਕਿੰਗ ਇਹਦੀ ਇਹਦੀ ਨਾ ਜਿਹੜੀ ਆ ਲਾਈਟ ਆ ਅੱਖਾਂ ਚ ਪੈਂਦੀ ਆ ਝਮਕੇ ਜਮੇ ਸਿੱਧਾ ਖੜਦੇ ਇਹੋਂ ਤੇ ਗਾਇਜ਼ ਜਿਹੜੀ ਆ ਗੱਲ ਡੰਡੇ ਦੀ ਆ ਸਾਨੂੰ ਜਿਹੜਾ ਮਤਲਬ ਮਿਸਤਰੀ ਨੇ ਖੋਲਣਾ ਸੀ ਨਾ ਉਹ ਮਿਸਤਰੀ ਕੱਲ ਦਾ ਗਿਆ ਹੋਇਆ ਕਿਸੇ ਦਾ ਟਰੈਕਟਰ ਠੀਕ ਕਰਨ ਗਿਆ ਹੋਇਆ ਬਾਹਰ ਤਾਂ ਹੀ ਅਸੀਂ ਬੈਰਿੰਗ ਨਹੀਂ ਠੀਕ ਕਰਵਾਇਆ ਕਿਉਂ ਮਿਸਤਰੀ ਗਿਆ ਹੋਇਆ ਉਹ ਕਹਿੰਦਾ ਵੀਰੇ ਆ ਕੇ ਮੈਂ ਖੋਲ ਦੂੰਗਾ ਇਹਨੂੰ ਇਹਨੂੰ ਆਪਾਂ ਲਾ ਦੇਣਾ ਫਿਰ ਆਪਾਂ ਇੱਥੇ ਬਾਰ ਲਾਈਟ ਫਿੱਟ ਕਰ ਦੇਣੀ ਆ ਜਿਹੜੀ نیچے ਲੱਗਦੀ ਆ ਗਾਇਜ਼ ਇਹਦਾ ਕਲੰਪ ਮੇਰਾ ਕਿਸੇ ਲਿਫਾਫੇ ਚ ਧਰਿਆ ਹੋਇਆ ਕਿਉਂਕਿ ਸਮਾਨ ਬਹੁਤ ਆ ਸਾਰਾ ਕੱਢ ਕੇ ਦੇਖਾਂਗੇ ਵੀ ਇਹਦੇ ਕਲੰਪ ਕਿੱਥੇ ਨੇ ਹਣਾ ਤੇ ਜੇ ਮੈਨੂੰ ਇਹ ਲਾ ਦੇ ਬਿਨਾ ਕਲੰਪਾਂ ਤੋਂ ਐਦਾਂ ਨਾ ਨਾਲ ਮਤਲਬ ਚਿੱਕ ਵੀ ਮਤਲਬ ਨਾਲ ਪੈਮੀ ਜੀ ਫਿਕਸ ਹੋ ਜਾ ਤਾਂ ਜਿਆਦਾ ਵਧੀਆ ਹਨਾ ਤੇ ਇੱਥੇ ਫਟਾਉ ਇਹ ਬਸ ਜਿਹੜੀਆਂ ਆ ਲੱਟਾਂ ਦੀ ਇਹੀ ਪ੍ਰੋਬਲਮ ਆ ਵੀ ਹਨਾ ਵੀ ਮਤਲਬ ਇਹਨਾਂ ਨੂੰ ਨਾ ਮਤਲਬ ਹੋਰ ਤਰੀਕੇ ਨਾਲ ਫਿਕਸ ਹੋਣੀ ਚਾਹੀਦੀ ਆ ਹੁਣ ਦੇਖੋ ਵੀ ਇੱਥੇ ਗਲੀ ਤਾਂ ਨਿਕਲਣੀ ਨਹੀਂ ਮੈਨੂੰ ਇਹਦੀ ਇਹ ਚੰਜਟ ਆ ਵੀ ਇੱਥੋਂ ਗਲੀ ਨਿਕਲਣੀ ਨਹੀਂ ਹੈਗੀ ਇਹਦੇ ਵਿੱਚ ਬੰਪਰ ਚ ਵੀ ਆਪਾਂ ਕਿਦਾਂ ਫਿਕਸ ਕਰੀਏ ਮੈਨੂੰ ਸੁਝਾਅ ਦਿਓ ਤੁਸੀਂ ਠੀਕ ਹੈ ਡਬਲ ਟੇਪ ਡਬਲ ਟੇਪ ਨਹੀਂ ਪੁੱਤ ਰਹਿੰਦੀ ਹੁੰਦੀ ਸਟ੍ਰਕਟਰਾਂ ਤੇ ਉਹ ਤਾਂ ਦਿਖ ਜਾਂਦੀ ਹੁੰਦੀ ਆ ਠੀਕ ਆ ਗਾਇਸ ਤੇ ਆਪਾਂ ਹੁਣ ਉਹ ਦੂਜੀ ਲਾਈਟ ਵੀ ਲਾਈਏ ਗਾਇਸ ਹੁਣ ਆਪਾਂ ਉਹ ਦੂਜੀ ਲਾਈਟ ਵੀ ਫਿੱਟ ਕਰਦੀ ਆਪਾਂ ਠੀਕ ਆ ਗਲੂ ਨਹੀਂ ਰਹਿੰਦੀ ਗਲੂ ਵਗੈਰਾ ਨਹੀਂ ਰਹਿੰਦੀ ਹੁੰਦੀ ਇਹ ਉੱਥੇ ਫਿੱਟ ਹੁੰਦੀ ਆ ਫਿਰ ਉਹ ਦੂਜੀ ਕਿੱਥੇ ਫਿੱਟੂ ਦੂਜੀ ਆਪਣੀ ਉਹ ਸ਼ੋਅ ਤੇ ਫਿੱਟ ਹੋ ਪੁੱਤ ਸ਼ੋਅ ਤੇ ਫਿੱਟ ਕਰਾਂਗੇ ਆਪਾਂ ਠੀਕ ਆ ਤੁਸੀਂ ਮੇਰੀ ਗੱਲ ਨੂੰ ਇਨਸਾਂਦੇ ਹਾਂ ਕਿਹੜੀ ਤੇ ਕਿੱਥੋਂ ਲੱਗੂ ਇਹ ਤਾਂ ਚਾਰਜਰ ਨਹੀਂ ਨਹੀਂ ਉਹ ਆਪਾਂ ਇਹਨਾਂ ਦੇ ਵਿੱਚੋਂ ਆ ਜਿਹੜੀ ਆ ਵਾਲੀ ਲਾਈਟ ਆ ਪੁੱਤ ਇਹ ਤਾਂ ਇੱਥੋਂ ਕਰੰਟ ਤੇ ਕਰ ਦੇਣੀ ਆ ਆਪਾਂ ਨੇ ਓਕੇ ਕਰੰਟ ਦੇ ਦੇਣਾ ਠੀਕ ਆ ਇਧਰੋਂ ਕਰ ਦੇਣੀ ਆ ਆ ਮਤਲਬ ਚਾਹੇ ਪਲੱਗ ਤੇ ਰੱਖ ਲਈਏ ਆਪਾਂ ਠੀਕ ਆ ਨਹੀਂ ਆਪਾਂ ਮਤਲਬ ਸਾਰੀਆਂ ਤਾਰਾਂ ਫਿਕਸ ਕਰਾਂਗੇ ਪੁੱਤ ਫਿਕਸ ਆ ਹਾਂ ਇਹ ਤਾਂ ਤੇ ਗਿਆ ਉਂ ਪਰ ਇਹ ਉਰੇ ਰੱਖੂ ਹਾਂ ਇਹਨੂੰ ਆਪਾਂ ਹੁਣ ਚਲਾ ਕੇ ਦੇਖੀਏ ਇੱਕ ਮਿੰਟ ਇਹਨੂੰ ਆਪਾਂ ਕੱਟ ਕੇ ਨਾ ਇਹਦੀ ਆਹ ਉੱਥੇ ਚਲਾ ਕੇ ਦੇਖਦੇ ਆਂ ਲੋ ਗਾਇਜ਼ ਆ ਵੀ ਫਿੱਟ ਹੋ ਗਿਆ ਸਾਰਾ ਫਿੱਟ ਹੋ ਗਿਆ ਠੀਕ ਆ ਤੇ ਆ ਵੀ ਆਪਣੇ ਸੈਟ ਆ ਗਈ ਤੇ ਆਪਣ ਰਹਿ ਗਈ ਜਿਹੜੀ ਆਪਣੀ ਛੋਟੀ ਲਾਈਟ ਠੀਕ ਆ ਉਹ ਸੁਜੈਸਟ ਕਰਕੇ ਦੱਸਿਓ ਤੁਸੀਂ ਵੀ ਉਹ ਕਿੱਦਾਂ ਸੈੱਟ ਕਰੀ ਆਪਾਂ ਠੀਕ ਆ ਗਾਇਜ਼ ਆਪਾਂ ਨਾ ਤੇ ਤੁਸੀਂ ਮੈਨੂੰ ਸਲਾਹ ਕਰਕੇ ਦੱਸਿਓ ਵੀ ਆਪਾਂ ਇਹਦਾ ਕੀ ਕਰੀ ਆ ਯਾਰ ਮੈਨੂੰ ਸਮਝ ਨਹੀਂ ਆ ਰਹੀ ਵੀ ਜਿਹੜੀ ਇਹ ਛੋਟੀ ਲਾਈਟ ਆ ਵੀ ਆਪਾਂ ਇਹ ਫਿਕਸ ਕਿਵੇਂ ਕਰੀਏ ਕਿਉਂਕਿ ਗਲੀਆਂ ਕੱਢ ਨਹੀਂ ਸਕਦੇ ਉੱਥੇ ਟੈਂਕੀ ਆਉਂਦੀ ਆ ਤੇਲ ਵਾਲੀ ਹਨਾ ਤੇ ਤੁਸੀਂ ਮੈਨੂੰ ਦੱਸਿਓ ਵੀ ਆਪਾਂ ਇਹ ਇਹਨੂੰ ਆਪਾਂ ਫਿਕਸ ਕਰੀ ਫਿਕਸ ਕਿਵੇਂ ਕਰੀਏ ਕਿਹੜੀ ਇਹੋ ਜੀ ਚੀਜ਼ ਆਉਂਦੀ ਹੈ ਜਿਹੜੀ ਇਹਦੇ ਨਾਲ ਮਤਲਬ ਫਿਕਸ ਹੋ ਜਾਵੇ ਵੀ ਵਧੀਆ ਲੱਗੇ ਹਨਾ ਤੇ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਵਲੌਗ ਕਰਦੇ ਆ ਆਪਾਂ ਇੱਥੇ ਐਂਡ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ